47 84 ਟੱਪ ਕੇ ਅਸੀਂ ਟੌਪ ਤੇ ਆਏ ਆਂ ਅਣਖਾਂ ਗੁੜਤੀ ਚ ਮਿਲੀਆਂ ਅਸੀਂ ਪੰਜਾਬ ਦੇ ਜਾਏ ਆਂ ਸਸੀ ਕਾਲ ਜੀ ਨਵੇਂ ਬਲੌਗ ਚ ਤੁਹਾਡਾ ਸਵਾਗਤ ਆ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਲੋ ਵੀ ਵੀਰੋ ਆਪਣੀ ਕਣਕ ਹੋ ਗਈ ਜਿਹੜੀ ਇਹ 13 ਦਿਨ ਦੀ ਪਹਿਲਾ ਬਲੌਗ ਬਣਾਇਆ ਤਾਂ ਕਿ ਮਿਕਸ ਬੀਜੀ ਆਪਾਂ ਨੇ 303 ਨਾਲ 187 187 ਦੇ ਵਿੱਚ ਮਿਕਸ ਕਰਨ ਦਾ ਕੀ ਰੀਜ਼ਨ ਤਾਂ ਜੇ ਜਿਹੜੀ 303 ਹੈ ਆਪਣੀ ਮਦਰੇ ਕੱਦ ਦੀ ਹੁੰਦੀ ਹੈ ਹਨਾ ਉਹਨੂੰ ਗਿਰਨ ਤੇ ਬਚਾਊਗੀ ਝਾੜ ਬਹੁਤ ਜ਼ਿਆਦਾ ਵਧੀਆ ਦੇ ਕੇ ਕਈਏ ਸਾਡੇ ਏਰੀਏ ਦੇ ਵਿੱਚ 187 303 ਨਾਰਮਲ ਰਹੀ ਆ ਪਿਛਲੀ ਵਾਰ ਹਨਾ ਤੁਹਾਨੂੰ ਪਤਾ ਹੀ ਆ ਕਿ ਗਰਮੀ ਪੈ ਗਈ ਸੀ ਉਹਦੇ ਕਰਕੇ ਜਿਹੜਾ ਝਾੜ ਆ ਉਹ ਘਟਾਤਾ ਤਾਂ ਸਾਰੀਆਂ ਵੈਰਾਈਟੀਆਂ ਨੇ ਪਰ 187 ਫੇਰ ਵੀ ਵਧੀਆ ਰਹੀ ਆ ਵਧੀਆ ਇਹ ਤਾਂ ਰਹਿੰਦੀ ਆ ਜਦ ਤੱਕ ਇਹ ਖੜੀ ਆ ਜੇ ਗਿਰ ਗਈ ਤਾਂ ਇਹ ਝਾੜ ਕਟਾ ਜਾਂਦੀ ਆ ਇਹਦੇ ਕਾਫੀ ਬੰਦੇ ਕਹਿੰਨੇ ਹਨਾ ਕਿ ਝਾੜ ਜਿਹੜਾ ਕੱਦ ਆ ਇਹ ਜ਼ਿਆਦਾ ਕਰਦੀ ਆ ਹਨਾ ਨਿਓਸਨ ਦੀਆਂ ਸਪਰੇਹਾਂ ਕਰਦੇ ਆ ਹਨਾ ਦੋ ਕਰਨੀਆਂ ਪੈਣੀਆਂ ਕਿ ਇਹਦਾ ਕੱਦ ਫੇਰ ਘਟਦਾ ਯਾਰ ਸਪਰੇਹਾਂ ਮੈਂ ਤੁਹਾਨੂੰ ਹੁਣ ਆਪਣੀ ਹਨਾ ਦਿਲ ਦੀ ਗੱਲ ਦੱਸਦਾ ਸਪਰੇਹਾਂ ਆਪਾਂ ਕਿੰਨੀਆਂ ਕਰ ਲੂਗੇ ਪਰਾਵੋ ਪਹਿਲਾਂ 2000 ਰੁਪਏ ਦਾ ਗੁੱਲੀ ਡੰਡੇ ਵਾਲੇ ਪੁੱਲਾ ਆ ਹਨਾ ਫੇਰ ਵਿੱਚ ਜ਼ਿੰਕ ਦੀ ਕਰ ਲੋ ਹਨਾ ਕਰਨੀ ਪੈ ਸਕਦੀ ਆ ਜ਼ਿੰਕ ਚਲੇਟਡ ਜ਼ਿੰਕ ਦੀ ਹਨਾ 05234 ਦੀ ਵਿੱਚ ਮਿਕਸ ਹਨਾ ਨਾਲ ਅਲੱਗ ਤੇ ਕਹਿੰਦੇ ਆ ਮੈਗਜ਼ੀਨ ਦੀ ਕਰੋ ਹਨਾ ਫਿਰ ਹੋਰ ਘਾਟਾਂ ਵਾਧਾਂ ਹੋਣੀਆਂ ਹਨਾ ਇੰਨੀ ਕਿੰਨੀ ਹੈਗਾ ਜ਼ਿੰਮੇਦਾਰ ਹਨਾ ਸਪਰੇਹਾ ਕਰੀ ਜਾਊਗਾ ਪਹਿਲੇ ਹੀ ਦਵਾਲਾ ਨਿਕਲਿਆ ਵਾ ਜੀਮੇਦਾਰ ਦਾ ਤਾਂ ਹਨਾ ਐਕਤੀ ਝਾੜ ਘਾਟਾਂ ਆਇਆਂ ਜੀਰੀਆਂ ਤੇ ਹੁਣ ਵਧੀਆ ਜੰਮੀ ਆ ਮੈਂ ਇੱਕ ਸਲਾਹ ਲੈਣੀ ਆ ਆਪਣੀ YouTube ਫੈਮਿਲੀ ਤੇ ਤੁਹਾਨੂੰ ਪਤਾ ਹੀ ਹੈ ਬਾਈ ਮਦਦ ਕੋਈ ਕਿਸੇ ਦੀ ਨਹੀਂ ਕਰਦਾ ਹੈਗਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਜਿਹੜਾ ਹੁਣ ਮੈਂ ਪੁੱਛਣ ਲੱਗਿਆ ਕਿ ਪਾਣੀ ਕਿੰਨੀ ਤੁਹਾਨੂੰ ਲਾਈ ਹੈ ਹਨਾ ਕਿੰਨੇ ਦਿਨ ਦੀ ਨੂੰ ਲਾਈ ਹੈ ਆ ਤੁਹਾਡੇ ਸਾਹਮਣੇ ਆ ਜਿਹੜੀ ਹਾਲਤ ਹੈ ਕਿੱਦਾਂ ਦੀ ਹੈ ਨਾ ਹੈਗੀ ਆ ਤੁਹਾਨੂੰ ਪਤਾ ਹੈ 13 ਦਿਨ ਦੀ ਇਹ ਆ ਜਮੋ ਸਰੇ ਲੈਵਲ ਦਾ ਹੋਇਆ ਦੇਖੋ ਦਾਣਾ ਦਾਣਾ ਜੰਮਿਆ ਤਕਰੀਬਨ 40 ਤੋਂ ਲੈ ਕੇ 43 ਕਿਲੋ ਹਨਾ ਬੀਜ ਪਿਆ ਵਾ ਕੀਲੇ ਦਾ ਤੁਸੀਂ ਦੱਸਿਓ ਹਨਾ ਆ 10 ਕਨਾਲਾਂ ਦਾ ਖੇਤ ਆ ਇਹਦੇ ਵਿੱਚ ਕੋਈ ਵੱਟ ਨਹੀਂ ਹੈਗੀ ਉਹ ਕੀਲੇ ਦਾ ਕੋਈ ਵੱਟ ਨਹੀਂ ਠੀਕ ਆ ਆਪਣਾ ਪਾਣੀ ਨਿਕਲਦਾ ਆਪਾਂ ਪਾਣੀ ਉਹ ਹਿਸਾਬ ਨਾਲ ਲਾਉਣਾ ਇੱਕ ਟਿਊਬਵਲ ਦਾ ਪੈਂਦਾ ਪਾਣੀ ਉਰੇ ਹਨਾ 35 ਦੀ ਮੋਟਰ ਟਿਊਬਵਲ ਦੀ ਆ ਠੀਕ ਆ ਔਰ 10 ਪਾਵਰ ਦੀ ਆਪਣੀ ਆ ਇਕੱਠਾ ਹੀ ਇੱਕ ਵਾਰ ਚ ਆਪਾਂ ਨੇ ਪਾਣੀ ਲਾਉਣਾ ਬਹੁਤੇ ਪਾਣੀ ਤਾਂ ਲੱਗਣੇ ਨਹੀਂ ਹੈਗੇ ਹਨਾ ਮੰਨੂ ਜ਼ਰੂਰ ਦੱਸਿਓ ਕਿਉਂ ਕਰਦੇ ਜੀ ਪੈਂਡਾ ਮੈਥਲੀਨਰ ਮੈਟਰੀਬਿਊਜ਼ਨ ਕਰਾਈ ਵੀ ਆਪਾਂ ਨੇ ਕੋਰ ਦੇ ਵਿੱਚ ਜਦ ਹਨਾ ਬੀਜ ਦੀ ਸਾਰੇ 24 ਘੰਟੇ ਦੇ ਵਿੱਚ ਵਿੱਚ ਆਪਾਂ ਨੇ ਕਰਾਤੀ ਤੀ ਮੰਨੂ ਹੁਣ ਸਲਾਹ ਦਇਓ ਤੁਸੀਂ ਸਾਰੇ ਜਾਣੇ ਹਨਾ ਹਰੇਕ ਬੰਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਯਾਰ ਪਾਣੀ ਕਿੰਨੀ ਨੂੰ ਲੱਗਦਾ ਕਿ 20 ਦਿਨ ਦੀ ਨੂੰ ਪਾਣੀ ਲੱਗਦਾ ਕਿ ਯਾਰ 25 ਦਿਨ ਤੇ ਪਾਰ ਲਾ ਦੀਏ ਤਾਂ ਕੋਈ ਚੱਕਰ ਨਹੀਂ ਹੈਗਾ ਜਿਹੜਾ ਗੁੱਲੀ ਡੰਡਾ ਮਾੜਾ ਮੋਟਾ ਜੰਮੂਗਾ ਹਨਾ ਤਾਂ ਮਰ ਜੂਗਾ ਮੰਨੂ ਜ਼ਰੂਰ ਇਹ ਦੱਸਿਓ ਹਨਾ ਵੀਰ ਬਣ ਕੇ ਸਭ ਨੂੰ ਹੱਥ ਵਨ ਕੇ ਬੇਨਤੀ ਆ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਤੁਸੀਂ ਉਹ ਕਰ ਲਓ ਭਰਾਵੋ ਠੀਕ ਹੈ ਨਾ ਇੱਕ ਪਰਮਾਤਮਾ ਮਦਦ ਕਰਦਾ ਚਲੋ ਉਹ ਤਾਂ ਉਹੀ ਕਰੀ ਜਾਵੇ ਬਹੁਤ ਆ ਨਾ ਇੰਨੇ ਦੀ ਲੋੜ ਨਹੀਂ ਹੁੰਦੀ ਬਾਕੀ ਮੈਂ ਤੁਹਤੇ ਰਿਕਵੈਸਟ ਆ ਤੁਹਾਨੂੰ ਹਨਾ ਕਿ ਜਰੂਰ ਦੱਸਿਓ ਮੈਨੂੰ ਬਾਕੀ ਇਹਦੇ ਵਿੱਚ ਆਪਾਂ ਨੇ ਮਟੀਰੀਅਲ ਪਾਉਣਾ ਹੈ ਸਲਫਰ ਪਾਉਣਾ ਹੈ ਭਰਾਵੋ 10 ਕਿਲੋ ਜ਼ਿੰਕ ਆਪਾਂ ਨੇ ਪਾਤੀ ਸੀ ਤਕਰੀਬਨ 8 ਤੇ ਲੈ ਕੇ 10 ਕਿਲੋ ਜ਼ਿੰਕ ਹਨਾ ਜਿਹੜੀ 33% ਵਾਲੀ ਹੁੰਦੀ ਆ ਉਹ ਆਪਾਂ ਨੇ ਜੀਰੀ ਦੇ ਵਿੱਚ ਪਾਤੀ ਸੀ ਹੁਣ ਤਾਂ ਕੋਈ ਅਬਲਾ ਲੋਡ ਨਹੀਂ ਹੈਗੀ ਪਾਣੀ ਉਹ ਆਪਾਂ ਨੇ ਉਹ ਵਧੀਆ ਸਾਫ ਨਾਲ ਲਾਉਣਾ ਹੈ ਨਾ ਜਰੂਰ ਦੱਸਿਓ ਕਿ ਆ ਕਿਦਾਂ ਕਿਦਾਂ ਕਰੀਏ ਨਾ 10 ਕਿਲੋ ਆਪਾਂ ਨੇ ਆ ਪਾ ਦੇਣਾ ਸਲਫਰ ਜੂਰੀਆ ਲੋਡ ਮੁਤਾਬਿਕ ਹੈ ਨਾ ਤਿੰਨ ਥੈਲਿਆਂ ਦੀ ਉਹ ਕਰਿਆ ਮੈਂ ਤਿੰਨ ਥੈਲੇ ਪਾ ਦੂੰਗਾ ਨਾ ਬਾਕੀ ਜੇ ਘਾਟ ਬਾਦ ਹੋਈ ਥੋੜਾ ਜਿਹਾ ਉੱਪਰ ਪਾ ਦੂੰਗੇ ਬਹੁਤ ਹੀ ਜੂਰੀਆ ਦੀ ਲੋੜ ਨਹੀਂ ਹੈਗੀ ਕਿਉਂਕਿ 187 ਬਹੁਤ ਜ਼ਿਆਦਾ ਕੱਦ ਘੜਦੀ ਆ ਨਾ ਤੋਂ ਸਭ ਨੂੰ ਪਤਾ ਹੀ ਆ ਜਿਹੜੇ ਲਾਉਣੇ ਆ 303 ਤਾਂ ਹੀ ਇਹਦੇ ਵਿੱਚ ਲਾਈ ਆ ਕਿ ਗਿਰੇ ਨਾ 303 ਦਾ ਵੀ ਇੱਕ ਤੀ ਵਧੀਆ ਹੈ ਨਾ ਜਿਆਦਾ ਕਹਿੰਦੇ ਹਾਈਪ ਆ ਕਿ ਬਹੁਤ ਜਿਆਦਾ ਰਕਬੇ ਦੇ ਵਿੱਚ 303 ਲੱਗੀ ਆ 187 ਵੀ ਬਹੁਤ ਰਕਬੇ ਚ ਲੱਗੀ ਆ ਬਾਕੀ 272 ਸ਼੍ਰੀ ਰਾਮ ਦੀ ਉਹਨੇ ਵੀ ਬਹੁਤ ਜ਼ਿਆਦਾ ਲੱਗੀ ਆ ਨਾ ਬਸ ਇੱਕ ਇੱਕ ਹੋ ਆ ਕਿ ਨਕਲੀ ਬੀਜ ਨਾ ਨਿਕਲ ਜਵੇ ਬਾਕੀ ਸੇਵਾ ਵੱਲੋਂ ਜਾਹਨ ਸਾਮ ਸਵਾਲ ਵੱਲੋਂ ਆਪਾਂ ਕੋਈ ਵੀ ਕਸਰ ਨਹੀਂ ਛੱਡਦੇ ਬਾਹ ਇਹ ਹੀ ਆ ਕਿ ਨਕਲੀ ਬੀਜ ਨਾ ਨਿਕਲੇ ਆਵੇ ਕਿਤੇ ਬਾਕੀ ਦਾ ਸਾਰਾ ਕੁਝ ਸੰਭ ਲੂਗੇ ਇੱਧਰ ਵੀ ਦੇਖ ਲਓ ਆ ਆਪਣਾ ਪਨੀਰੀ ਵਾਲਾ ਖੇਤ ਆ ਉਰੇ 26 ਥੀ ਪੰਜ ਕਿਨਾਲਾਂ ਦਾ ਇਹ ਨਾ ਖੇਤ ਆ ਇਹਦੇ ਚ 2.5 ਬੰਬੂ ਹੋ ਗਏ ਦੇ 26 ਦੇ ਬਹੁਤ ਸਾਰੇ ਲੈਵਲ ਦੀ 26 ਆ ਬਾਈ ਬੀਜ ਰੱਖ ਲਿਆ ਮੈਂ ਤਾਂ ਕਿ ਗਾਂਹ ਜਾ ਕੇ ਨਾ 300 250 ਨੂਨ ਮਿਲਣਾ ਕਿਲੋ ਹਜ਼ਾਰ ਖੰਡ ਹਨਾ 1200 ਰੁਪਏ ਆਪਾਂ ਇਹ ਚੀਜ਼ ਤੇ ਵਿਚਾਲੀਏ 5 ਕਿਲੋ ਬੀਜ ਨਾਲ ਕੀਲਾਕ ਲੱਗ ਜਾਂਦਾ 4 ਕਿਲੋ 4.5 ਕਿਲੋ ਨਾਲ ਕੋਈ 1000 ਰੁਪਏ ਆਪਾਂ ਨੇ ਭਰਾਵੋ ਪਹਿਲਾਂ ਹੀ ਵਿਚਾਲਿਆ ਕੀਲੇ ਦਾ ਅੱਧਾ ਕਵਾਂਟਲ ਜੀਰੀ ਆਪਾਂ ਨੇ ਪਹਿਲਾਂ ਹੀ ਵਿਚਾਲੀ ਇੱਕ ਸਾਲ ਪਹਿਲਾਂ ਹੀ 6 ਮਹੀਨੇ ਪਹਿਲਾਂ ਬਾਕੀ ਆਹੀ ਐ ਏਦਾਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਹਨਾ ਬਾਤਾਂ ਹੁੰਦੀਆਂ ਕਿ ਐਦਾਂ ਕਿਵੇਂ ਹਨਾ ਖਰਚਾ ਘਟਾਈਏ ਪਰ ਖਰਚਾ ਯਾਰ ਘਟਾਓ ਮੇਰੇ ਕੋਲ ਤਾਂ ਇੱਕ ਦੀ ਬੀਜ ਨਹੀਂ ਤਾਂ ਮੈਨੂੰ ਤਾਂ ਕਰਕੇ ਆ ਪਾਉਣਾ ਪੈ ਗਿਆ ਥੈਲੀ ਦਾ ਗਾਹਨ ਆਪਣੇ ਵਧੀਆ ਢੋਲ ਲਿਆ ਕੇ ਜਿਹਦੇ ਚ ਦੋ ਦੋ ਕਿਲਿਆਂ ਦੇ ਤਿੰਨ ਤਿੰਨ ਕਿਲਿਆਂ ਦੇ ਹਨਾ ਬੀਜ ਆ ਸਕੇ ਕੁਆਂਟਲ ਕੁਆਂਟਲ ਉਹ ਲਿਆ ਕੇ ਰੱਖ ਜਣਾ ਪਰ ਲਿਸਟਾਂ ਲਾ ਦੇਣੀਆਂ ਕਿ ਕਿਹੜੀ ਉਹਦਾ ਹਨਾ ਬੀਜ ਆ ਇਹ ਐਦਾਂ ਐਦਾਂ ਦੇਖੋਣ ਬੀਜ ਵੀ ਦੇਖ ਲਓ 1500 2000 ਦਾ ਬੀਜ ਪੈ ਗਿਆ ਠੀਕ ਆ ਉਹ ਆਪਣਾ ਪੱਲੇ ਤੇ ਗਿਆ ਚਲੋ ਡਾਇਆ ਤਾਂ ਆਪਾਂ ਨੇ ਪਾਉਣੀ ਪਉਣਾ ਉਹਦਾ ਲੈਦੀ ਗੱਲ ਆ ਹਨਾ ਉਹ ਤਾਂ ਆਪਣੇ ਘਰਾਂ ਰੱਖ ਹੀ ਨਹੀਂ ਸਕਦੇ ਕਿਸੇ ਤਰੀਕੇ ਨਾਲ ਹਨਾ ਆਪਾਂ ਜੂਰੀਆ ਵੀ ਆਪਾਂ ਨੇ ਮੁੱਲ ਲੈਣਾ ਗਾਹ ਨੂੰ ਮਲਚਿੰਗ ਵਾਲੀ ਵਿਧੀ ਆਪਾਂ ਨੇ ਅਪਣਾਉਂਗੀ ਹਨਾ ਬਾਕੀ ਤੁਸੀਂ ਯਾਰ ਇਹ ਵੀ ਦੱਸਿਓ ਮੈਨੂੰ ਵੀਰ ਜਿਹੜੇ ਬੰਦਿਆਂ ਨੇ ਮਲਚਿੰਗ ਵਾਲੀ ਬੀਜੀ ਹੈ ਨਾ ਫੈਮਲੀ ਆਪਣੀ ਕਾਫੀ ਵੱਡੀ ਆ ਨਾ YouTube ਦਿਨ ਪਰ ਦਿਨ ਵੱਧਦੀ ਜਾ ਰਹੀ ਆ ਪਹਿਲਾਂ ਤਾਂ ਮੈਂ ਟਾਈਮ ਪਾਸੇ ਕੱਢਿਆ ਪੜਾਸਾਂ ਹੀ ਕੱਢੀਆਂ ਤੁਸੀਂ ਮੇਰੇ ਪਿਛਲੇ ਵਲੌਗ ਕੱਢ ਕੱਢ ਸਕਦੇ ਆ ਨਾ ਮੰਨੂ ਥੋੜਾ ਜਿਹਾ ਮਾੜਾ ਚੰਗਾ ਬੋਲਦੇ ਤੇ ਆਪਾਂ ਬੋਲ ਪਏ 댓ਸ ਇਟ ਹੈਨਾ ਆਪਾਂ ਬਸ ਉੱਥੇ ਸਟਾਪ ਕਰਤਾ ਕਿ ਜਿੰਨਾ ਕੁ ਭਰਾਵੋ ਤੁਸੀਂ ਬੋਲ ਲਿਆ ਹੈਨਾ ਮੈਨੂੰ ਮੇਰੇ ਨਾਲ ਦੇ ਉਤੇ ਉਹਨਾਂ ਕ ਮੈਂ ਤੁਹਾਨੂੰ ਗਾਲਾਂ ਗੋਲਾਂ ਕੱਢ ਲਈਆਂ ਬਸ ਕੰਮ ਸਮਾਪਤੀ ਹੁਣ ਆਪਾਂ ਆਪਣੇ ਕੰਮ ਵੱਲ ਧਿਆਨ ਦੇਈਏ ਬੱਬੂ ਮਾਂ ਦੇ ਕਹਾਣੇ ਜਲ ਜੀ ਕੀਤਾ ਤੇ ਆਸ ਬਣਾ ਦੂੰਗਾ ਉਹ ਕੰਮ ਆਕੇ ਜਦ ਮੇਰਾ ਜੀ ਕਰਿਆ ਆਪਾਂ ਤੇ ਆਸ ਬਣਾ ਦੇਣਾ ਨਹੀਂ ਆਪਾਂ ਬਸ ਇੱਕ ਨੇ ਟਾਈਮ ਪਾਸ ਜਾ ਕਰਿਆ ਪਹਿਲਾਂ ਤਾਂ ਅਸਲੀ ਸਹੀ ਤਰੀਕੇ ਨਾਲ ਤਾਂ ਮੈਂ ਹੋਣਾ ਆਇਆ ਹੈ ਨਾ ਮੈਦਾਨ 'ਚ ਕਿਉਂਕਿ ਮੈਨੂੰ ਹਰੇਕ ਬੰਦੇ ਨੂੰ ਯਾਰ ਗੁੱਸਾ ਲੱਗਦਾ ਤੁਹਾਨੂੰ ਵੀ ਜਾਂ ਤੁਸੀਂ ਸਟਰਗਲ ਕਰਦੇ ਆ ਨਾ ਜਾਂ ਕੁਝ ਵੀ ਤੁਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਤੁਹਾਨੂੰ ਦੁਨੀਆ ਆ ਕੇ ਗਲਤ ਬੋਲੇ ਫਿਰ ਯਾਰ ਰਹਿਿਆ ਨਹੀਂ ਜਾਂਦਾ ਹੈ ਨਾ ਕਿਸੇ ਤੇ ਰਹਿਿਆ ਨਹੀਂ ਜਾਂਦਾ ਤੁਸੀਂ ਵੀ ਆਪਣਾ ਪੜਾਅਸ ਕੱਢਦੇ ਹੋਗੇ ਹੈ ਨਾ ਔਕਣਾ ਹੀ ਮੈਂ ਕੱਢ ਲਈ ਤੁਸੀਂ ਮੇਰੇ ਪੁਰਾਣੇ ਬਲੌਗ ਦੇਖ ਸਕਦੇ ਆ ਮੈਂ ਡਾਇਰੈਕਟਰ ਤਾਰਾ ਨਾਲ ਹੈ ਤਾਰਾ ਜੋੜ ਕੇ ਗਾਲਾਂ ਗੂਲਾਂ ਪਦੇ ਨਹੀਂ ਗੱਡੀਆਂ ਵੀ ਆ ਮੈਂ ਡਰਦਾ ਡਰਦਾ ਕੋਈ ਨਹੀਂ ਕਿਸੇ ਤੇ ਠੀਕ ਆ ਬਹੁ ਮੈਂ ਸਤਕਾਰ ਵੀ ਬਾਦੂ ਕਰਦਾ ਹਨਾ ਜੀ ਦਾ ਕਰਦਾ ਰੱਬ ਤੇ ਡਰੀਦਾ ਹਨਾ ਉਹ ਬਾਬੇ ਨਾਨਕ ਤੇ ਜਿਹਨੇ ਇੱਥੇ ਤੱਕਰ ਜਿਹੜਾ ਇੱਥੇ ਤੱਕ ਲੈ ਕੇ ਆਇਆ ਮੈਨੂੰ ਹਨਾ ਇੱਕ ਮਾਤੜੇ ਜੇ ਬੰਦੇ ਨੂੰ ਹਨਾ ਬਹੁਤਾ ਤਿੰਨ ਟਾਈਮ ਹਨਾ ਤਿੰਨ ਟਾਈਮ ਆਪਾਂ ਪੂਰਾ ਹਨਾ ਉਹ ਕਰੀਦਾ ਹਨਾ ਸ਼ੁਕਰਾਨਾ ਕਰੀਦਾ ਕਿ ਪ੍ਰਮਾਤਮਾ ਜਿੰਨੇ ਕ ਸਾਹ ਬਖਸ਼ੂਗਾ ਕਿ ਵਧੀਆ ਹੀ ਹਨਾ ਜਿੰਦਗੀ ਦਾ ਨਾ ਟਾਈਮ ਪਾਸ ਜੀ ਲੰਗੀ ਜਾਵੇ ਬਹੁਤੀ ਮਾਇਆ ਦੀ ਲੋੜ ਨਹੀਂ ਹਵਾ ਖਰਾਬ ਹੋ ਜਾਂਦੀ ਆ ਟਾਈਮ ਪਾਸ ਜਾ ਹੋ ਜਵੇ ਰੋਟੀ ਪਾਣੀ ਵਧੀਆ ਛਕੀ ਇਹ ਨਾ ਲਿੰਟਾ ਲੁੰਟਾ ਟਾਈਮ ਸਿਰ ਪਰ ਹੋਈ ਜਾਣ ਬਸ ਇੰਨਾ ਕੁ ਪੈਸਾ ਚਾਹੀਦਾ ਬਹੁਤਾ ਪੈਸੇ ਦੀ ਲੋੜ ਨਹੀਂ ਹੈਗੀ ਖਰਾਬਾ ਹੀ ਕਰਦਾ ਬਹੁਤਾ ਪੈਸਾ ਹਨਾ ਬਾਕੀ ਪਾਣੀ ਦਾ ਜਰੂਰ ਯਾਰ ਮੈਨੂੰ ਦੱਸਿਓ ਆਪਾਂ ਨੇ ਤੁਹਾਨੂੰ ਦੱਸੇ ਦਿੱਤਾ ਹਨਾ ਕਿ ਆਹ ਆਹ ਚੀਜ਼ ਦੇ ਕਰਨਾ ਹੈ ਉਹ ਸਲਫਰ ਪਾਉਣਾ ਆਪਾਂ ਨੇ ਇੱਕ ਬਾਕੀ ਹੋਰ ਤਾਂ ਕੁਝ ਐਡਾ ਪਾਉਣ ਦੀ ਲੋੜ ਨਹੀਂ ਹੈਗੀ ਕਣਕ ਦੇ ਵਿੱਚ ਬਾਕੀ ਮੇਨ ਹੁੰਦਾ ਯਾਰ ਪਾਣੀ ਦਾ ਪਾਣੀ ਬਹੁਤਾ ਚਰਨਾ ਖੜੇ ਕਣਕ ਦੇ ਵਿੱਚ ਕਿਤੇ ਨਹੀਂ ਜਾਂਦੀ ਹੈਗੀ ਬਾਕੀ ਜਿਹੜਾ ਝਾੜ ਆ ਮੌਸਮ ਨੇ ਦੇਣਾ ਹੋਰ ਕਾਸੇ ਨੇ ਨਹੀਂ ਦੇਣਾ ਹੈਗਾ ਠੀਕ ਆ ਮੌਸਮ ਝਾੜ ਦਿੰਦਾ ਏ ਮੈਂ ਜੀ ਦੀ ਚ ਪੂਰਾ ਜੋਰ ਲਾ ਕੇ ਦੇਖ ਲਾ ਫੁੱਲ ਜੋਰ ਲਾਤਾ ਜੀ ਮੈਨੂੰ ਆਸ ਸੀ ਕਿ ਮੇਰੇ 35 ਦਾ ਝਾੜ ਆਊਗਾ ਪਰ 35 ਦਾ ਆਇਆ ਨਹੀਂ ਹੈਗਾ ਆਪਣੇ 30 ਦੀ ਹੈ ਨਾ ਐਵਰੇਜ ਪਈ ਆ ਸਵਾ ਕੇ 10 10.5 ਕਿਲਿਆਂ ਦੀ ਇੰਨੀ ਕ ਐਵਰੇਜ ਪਈ ਆ ਮੈਂ 35 ਦਾਸ ਰੱਖੀ ਬੈਠਾ ਸੀ ਕਿ ਮੇਰੇ ਕੋਲ ਪੀਲੀ ਬੂਛਾਦੀ ਨਾ ਮੈਂ ਉਹਦੇ ਚ ਹੰਕਾਰਿਆ ਫਿਰਦਾ ਤਾਂ ਕਿ ਹਾਂ ਬਾਈ ਮੈਂ ਤਾਂ ਯਾਰ ਲਾਣੇ ਬਹੁਤ ਬੜਾ ਆ ਜ਼ਾ ਬਾਈ ਗੱਲ ਮੁੱਕਦੀ ਇਹ ਆ ਐਡਾ ਡਾ ਬੂਝਾ ਐਡਾ ਡਾ ਤਕੜਾ ਹੈ ਨਾ ਹਰੇਕ ਬੰਦਾ ਕਹਿੰਦਾ ਦਾ ਯਾਰ ਕਿਆ ਬਾਤ ਤਾਂ ਕਿਆ ਕਰਿਆ ਹੈ ਨਾ ਕਿਹੜਾ ਬੀਜ ਹੈ ਕਿਦਾਂ ਨਾ ਤੂੰ ਤਾਂ ਯਾਰ ਬਹੁਤ ਵਧੀਆ ਹੀ ਬਹੁਤ ਆ ਪਰ ਵਧੀਆ ਬੁਧੀਆ ਤਾਂ ਜ਼ਿਆਦਾ ਕੰਪੈਨ ਬੜੀ ਹੈ ਨਾ ਜ਼ਿਆਦਾ ਲੈ ਕੇ ਗਏ ਆ 38 ਦੇ ਚਲ ਉਹਨੇ ਕੰਡੇ ਨਾਲ ਜੋਖੀ ਫਿਰ ਪਤਾ ਲੱਗਿਆ ਕਿ ਤਗੜੀ ਤਗੜੀ ਕੁਛ ਨਹੀਂ ਸੀ ਹੈਗੀ ਬਾਕਲਾ ਲਾਣੇ ਤਾਂ ਕੁਛ ਕਨ ਨਸਾਰੇ ਟਾਈਮ ਜਦੋਂ ਨਸਾਰਾ ਹੁੰਦਾ ਚਾਹੇ ਕਣਕ ਦਾ ਹੋਵੇ ਚਾਹੇ ਜੀਰੀ ਦਾ ਹੋਵੇ ਜਦ ਹਵਾ ਨਹੀਂ ਚੱਲਣੀ ਚਾਹੀਦੀ ਨਾ ਪਵੇ ਮੀ ਫਿਰ ਤੁਸੀਂ ਪਾਰ ਆ ਤੁਹਾਡਾ ਕੰਮ ਜੇ ਨਸਾਰੇ ਟਾਈਮ ਇਹ ਦੋਹੇ ਚੱਲ ਪੀਆਂ ਚਾਹੇ ਤੁਹਾਡਾ ਬੂਝਾ ਜਿਹੜਾ ਉਹ 50 50 ਡੱਕਿਆਂ ਦਾ ਤਾਂ ਵੀ ਕੰਮ ਨਹੀਂ ਕਰਦਾ ਉੱਥੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਲਵ ਯੂ ਆ ਸਾਰਿਆਂ ਨੂੰ ਪਰਮਾਤਮਾ ਸਭ ਦੀ ਸੁੱਖ ਰੱਖੇ ਨਾ ਸਭ ਨੂੰ ਰੋਟੀ ਪਾਣੀ ਟਾਈਮ ਸਰ ਮਿਲੀ ਜਾਵੇ ਚਲੋ ਠੀਕ ਹੈ ਜੀ ਧੰਨਵਾਦ